ਤੇਲ ਦਾ ਟੈਂਕਰ ਸੀਗਾ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ? ਗਾਂ ਆ ਗਈ ਅੱਗੇ। ਹਾਂਜੀ ਗਾਂ ਆ ਗਈ, ਗਾਂ ਆ ਗਈ ਅੱਗੇ। ਤੇ ਕਿੱਥੋਂ ਦੀ ਕਿੱਥੇ ਜਾ ਰਹੇ ਸੀਗੇ? ਜਲੰਧਰ ਤੋਂ ਗੋਬਿੰਦਗੜ੍ਹ ਜਾ ਰਹੇ। ਤੇ ਇਹ 'ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ? 6000 ਲੀਟਰ ਡੀਜ਼ਲ, 6000 ਪੈਟਰੋਲ। ਤੇ ਕਿੱਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ, ਉਸ ਤੋਂ ਬਾਅਦ ਤੁਸੀਂ ਕਿੱਦਾਂ ਜਾਨ ਕਿੱਦਾਂ ਬਚੀ ਤੁਹਾਡੀ? ਸਭ ਤੋਂ ਲੋਕਾਂ ਨੇ ਕੱਢੇ ਸੀ ਇੱਥੇ ਭੰਨ। ਅੱਛਾ, ਘਰ ਵਾਲਿਆਂ ਨੇ? ਅਤੇ ਨਾਲ ਦੀ ਨਾਲੇ ਅੱਗ ਲੱਗ ਗਈ ਸੀਗੀ? ਨਾ, ਅਸੀਂ ਬਾਹਰ ਇਨਕਾ, ਮੇਰੀ ਪੈਂਟ ਨੂੰ ਵੀ ਸੇਖ ਲੱਗਿਆ ਹੋਇਆ ਪਈ ਹੈ। ਕਿੱਦਾਂ ਹਾਲਾਤ, ਕਿੱਦਾਂ ਹੁਣ ਤੁਹਾਡੀ ਸਿਹਤ ਕਿੱਦਾਂ ਹੈ? ਠੀਕ ਹੈ ਜੀ। ਅਤੇ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਜੀ? ਜਲੰਧਰ ਤੋਂ ਆ ਰਹੇ ਸੀਗੇ ਜੀ, ਇੱਥੇ ਮਲੋਹ ਰੋਡ 'ਤੇ ਗੋਬਿੰਦ ਪੰਪ। ਇਹਨੂੰ ਫਾਇਰ ਜਦੋਂ ਹੋਈ, ਇਸ ਬੰਦੇ ਨੇ ਜਰਾ ਮੁਸਤੈਦੀ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਦਸਾ ਨਾ ਹੋਵੇ। ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਦਸਾ ਨਾ ਹੋ ਜਾਵੇ, ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ। ਆਈ ਥਿੰਕ ਪਿੱਛੋਂ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ, ਇਸ ਤਰ੍ਹਾਂ ਗੋਬਿੰਦਗੜ੍ਹ ਵੱਲ ਜਾ ਰਿਹਾ ਸੀਗਾ। ਇੰਨਾ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਆਇਲ ਕੈਰੋਸੀਨ ਆਇਲ ਸੀ ਇਹਦੇ 'ਚ। ਹਾਂਜੀ ਹਾਂਜੀ, ਬਲਾਸਟ ਨਹੀਂ ਹੋਇਆ। ਸਾਡੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਗੋਬਿੰਦਗੜ੍ਹ ਤੋਂ, ਸਮਰਾਲੇ ਤੋਂ ਔਰ ਖੰਨੇ ਤੋਂ, ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਅੱਗ ਨੂੰ, ਕੋਈ ਵੱਡਾ ਹਾਦਸਾ ਆਉਣ ਤੋਂ ਬਚਾਅ ਹੋ ਗਿਆ। 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ, ਔਰ 6 ਦੀਆਂ 6 ਤੁਹਾਡੇ ਸਾਹਮਣੇ ਖੜੀਆਂ ਨੇ। ਇੱਕ ਸਮਰਾਲਾ, 2 ਗੋਬਿੰਦਗੜ੍ਹ, 1 2 ਖੰਨੇ ਦੀਆਂ। ਕੰਟਰੋਲ ਹੈ, ਤੁਸੀਂ ਦੇਖ ਰਹੇ ਹੋ ਪਿੱਛੇ ਅੱਗ, ਬਿਲਕੁਲ ਕੰਟਰੋਲ ਹੈ। ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਮਾਲੀ ਹੋਇਆ, ਜਾਨੀ ਕੋਈ ਨੁਕਸਾਨ ਨਹੀਂ ਹੋਇਆ। ਨੋ, ਕੋਈ ਟ੍ਰੈਫਿਕ ਨਹੀਂ ਹੋਈ, ਗੱਡੀ ਸਭ ਲੋਕ ਟ੍ਰੈਫਿਕ 'ਚੋਂ ਨਿਕਲ ਗਏ ਜਦੋਂ ਅੱਗ ਲੱਗੀ, ਸਾਰੇ ਨਿਕਲ ਗਏ, ਕੋਈ ਹਾਦਸਾ ਨਹੀਂ ਹੋਇਆ। ਸਾਡੀ ਮਾਨਯੋਗ SSP ਸਾਹਿਬ, SDM ਸਾਹਿਬ, EO ਸਾਹਿਬ, ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ। ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ, ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੀ ਟੈਂਕਰ, ਤੇ ਉਸ ਕਰਕੇ ਉਹਦੀ ਪੂਰੇ ਆਇਲ ਟੈਂਕਰ ਨੂੰ ਹੀ ਅੱਗ ਲੱਗ ਗਈ ਸੀ। ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ, ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ, ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ। ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਅਸੀਂ ਇਮੀਡੀਏਟਲੀ ਐਕਟ ਅਪੋਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ, ਲੱਕੀਲੀ, ਬਿਕੋਜ਼ ਮੰਡੀ ਗੋਬਿੰਦਗੜ੍ਹ ਵੀ ਨਾਲ ਹੀ ਹੈ ਖੰਨਾ ਦੇ, ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ, ਅਤੇ 4 ਤੋਂ 5 ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ, ਅਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ, ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ। ਜਿਹੜਾ ਡਰਾਈਵਰ ਅਤੇ ਇੱਕ ਹੋਰ ਸੀਗਾ, ਉਹ SMO ਖੰਨਾ ਦੀ ਵਰਜ਼ਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ, ਇੱਕ ਦੇ ਥੋੜ੍ਹੀ ਜਿਹੀ ਉਂਗਲ 'ਤੇ ਥੋੜ੍ਹੀ ਜਿਹੀ ਬਰਨ ਹੈਗਾ, ਔਰ ਦੂਜੇ ਦੇ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ, ਬੋਥ ਆਰ ਸਟੇਬਲ, ਐਂਡ ਥੋੜ੍ਹੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ 'ਚ, ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ। ਟ੍ਰੈਫਿਕ ਡਾਈਵਰਟ ਹੋ ਗਿਆ ਹੈ, ਬੀਇੰਗ ਹਾਈਵੇ ਥੋੜ੍ਹਾ ਬਹੁਤ ਇੱਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ, ਪਬਲਿਕ ਨੂੰ ਵੀ ਮੂਵ ਬਾਹਰ ਸਾਈਡ 'ਤੇ ਕਰ ਦਿੱਤਾ ਗਿਆ ਸੀ। ਸੋ ਥੈਂਕਫੁਲੀ ਐਵਰੀਥਿੰਗ ਇਜ਼ ਇਨ ਕੰਟਰੋਲ, ਔਰ ਹੁਣ ਕਰੇਨ ਵਗੈਰਾ ਵੀ ਆ ਗਈ ਹੈ, ਔਰ ਫਾਇਰ ਟੈਂਡਰਸ ਆਈ ਜਾ ਰਹੇ, ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦੇਈਏ। ਹਾਂਜੀ, ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਝੁਲਸਿਆ ਪਿਆ ਹੈ, ਬਟ ਸ਼ਾਇਦ ਮੰਡੀ ਗੋਬਿੰਦਗੜ੍ਹ ਦੀ ਤਰਫ ਜਾ ਰਿਹਾ ਸੀਗਾ। ਤੇ ਮੈਡਮ, ਪੈਟਰੋਲ ਸੀ ਜਾਂ ਡੀਜ਼ਲ ਸੀਗਾ ਇਹ? ਜੀ, ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ। ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ, ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ। ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਈਵਰਟ ਪਹਿਲਾਂ ਕਰਤੀ ਸੀ, ਹੁਣ ਵੀ ਬੰਦ ਹੀ ਹੈਗੀ ਆ, ਬਟ ਇਹ ਜਿਹੜੀ ਟੈਕਨੀਕਲ ਗੰਨ ਹੈ ਅਸੀਂ ਚੈੱਕ ਕਰ ਲੈਂਦੇ, ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ? ਮੈਡਮ, ਇੰਨੀ ਦੇਰ ਅੱਗ ਲੱਗੀ, ਹੇਠਾਂ ਪੁਲ ਦੇ ਲੈਂਟਰ ਨੂੰ ਡੈਮੇਜ ਹੋ ਸਕਦਾ, ਨੈਸ਼ਨਲ ਹਾਈਵੇ ਤੋਂ ਕੋਈ ਇੰਸਪੈਕਸ਼ਨ ਕਰਾਈ ਜਾਊਗੀ? ਇਟ ਇਜ਼ ਯੂਜੇਬਲ ਜੀ? ਡੈਫੀਨੇਟਲੀ ਕਰਾ ਲਾਂਗੇ, ਤੁਹਾਡਾ ਵਧੀਆ ਸੁਜੈਸ਼ਨ ਹੈ, ਅਸੀਂ ਉਹਨਾਂ ਨੂੰ ਬੁਲਾ ਲਾਂਗੇ।